ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਸਾਨੂੰ ਨਾ ਬਹੁਤ ਜ਼ਿਆਦਾ ਜਿਵੇਂ ਕਮੈਂਟ ਆਉਂਦੇ ਪਏ ਸੀ, ਤੁਸੀਂ ਵਲੋਗ ਕਿਉਂ ਨਹੀਂ ਪਾਉਂਦੇ? ਅਤੇ ਪਿਛਲੇ 4 ਕੁ ਦਿਨਾਂ ਤੋਂ 5 ਦਿਨਾਂ ਤੋਂ ਅਸੀਂ ਪਾਇਆ ਨਹੀਂ ਕੋਈ ਵੀ ਵਲੋਗ, ਅਤੇ ਅਸੀਂ ਬਸ ਦੱਸਣਾ ਸੀ ਕਿਉਂ ਨਹੀਂ ਪਾਉਂਦੇ ਪਏ ਵਲੋਗ। ਦੱਸਣਾ ਸੀਗਾ ਕਿ ਬੀਬੀ ਦੀ ਡੈਥ ਹੋ ਗਈ ਸੀ ਤਾਂ ਕਰਕੇ ਨਹੀਂ ਪਾਉਂਦੇ, ਨਾਨੀ ਜੀ ਦੀ। 24 ਤਰੀਕ ਨੂੰ ਸਵੇਰੇ ਮਤਲਬ 2:45 ਦੇ ਕੋਲ ਮਤਲਬ ਬੀਬੀ ਦੀ ਡੈਥ ਹੋ ਗਈ। ਅਸੀਂ ਵੇਖਦੇ ਵੀ ਰਹੇ ਸੀ ਰਾਤ ਨੂੰ ਉੱਠ ਕੇ ਵੀ ਹੁਣ ਠੀਕ ਆ ਕਿ ਨਹੀਂ ਠੀਕ। ਅਤੇ ਬਾਅਦ 'ਚ ਜਦੋਂ ਵੇਖਿਆ ਅਚਾਨਕ 2:45 ਪਤਾ ਲੱਗਾ, ਹਲਾ ਹਲੂ ਕੇ ਦੇਖਿਆ ਤਾਂ ਉਦੋਂ ਬੀਬੀ ਦੀ ਮਤਲਬ ਡੈਥ ਹੋ ਗਈ ਸੀ। ਕਿਤੇ 5-10 ਮਿੰਟ ਹੋਏ ਹੋਣੇ ਆ, ਅਤੇ ਸਰੀਰ ਗਰਮ ਸੀ ਮਤਲਬ ਥੋੜ੍ਹਾ ਕੁ ਚਿਰ ਹੀ ਹੋਇਆ ਸੀ। ਅਤੇ ਫਿਰ ਸਾਨੂੰ ਇੱਕੇ ਵਾਰੀ ਮਤਲਬ ਲੱਗਾ ਪਤਾ ਨਹੀਂ ਹੋਇਆ ਵੀ ਇੱਦਾਂ ਕਿਵੇਂ ਹੋ ਗਿਆ, ਕਿਉਂਕਿ ਬੀਬੀ ਇੱਦਾਂ ਪਹਿਲਾਂ ਵੀ ਵਾਧੂ ਵਾਰੀ ਹੋਈ ਬਿਮਾਰ ਸੇਮ ਤਰੀਕੇ ਨਾਲ ਹੀ, ਅਤੇ ਸਹੀ ਹੋ ਜਾਂਦੀ ਰਹੀ। ਅਸੀਂ ਇੰਨਾ ਨਹੀਂ ਸੋਚਿਆ, ਜਿਵੇਂ ਨਾ ਮੈਂ ਬੈੱਡ ਦੇ ਉਹ ਵਾਲੇ ਹਾਲਾਤ ਮੈਂ ਦੱਸਦਾ, ਮੈਂ ਨਾ ਬੈੱਡ ਦੇ ਬਿਲਕੁਲ ਹੀ ਨਾਲ ਹੀ ਸੁੱਤਾ ਸੀ ਬੀਬੀ ਦੇ, ਬਿਲਕੁਲ ਹੀ ਨਾਲ ਹੀ, ਕਿ ਜਦੋਂ ਮਤਲਬ ਰਾਤ ਨੂੰ ਕੁਛ ਆਵਾਜ਼ ਨਹੀਂ ਮਾਰੂਗੀ ਤਾਂ ਮੈਂ ਬਿਲਕੁਲ ਕੋਲ ਹੋਊਂਗਾ, ਜਿਸ ਕਾਰਨ ਵੀ ਬਿਲਕੁਲ ਨਾਲ ਹੀ ਪਿਆ ਸੀ। ਅਤੇ ਮੈਂ ਸਵੇਰੇ ਉੱਠ ਪਿਆ ਸੀ ਨਾ, ਜਿਵੇਂ ਤੜਕੇ ਉੱਠ ਕੇ ਬੈਠਣਾ ਹੁੰਦਾ, ਅਤੇ ਨਾ ਮੈਂ ਵੇਖਿਆ ਕਿ ਨਹਾ ਕੇ ਵੀ ਆ ਗਿਆ ਮੈਂ, ਠੀਕ ਆ, ਅਤੇ ਸਾਰਾ ਕੁਝ ਕਰਕੇ ਆ ਗਿਆ। ਅਤੇ ਡੈਡੀ ਕਹਿੰਦੇ ਕਿ ਬੀਬੀ ਦਾ ਨਾ ਪੰਨਾ ਬਦਲ ਦੇ, ਇੱਕੋ ਥਾਂ 'ਤੇ ਪਈ ਹੋਈ ਆ। ਅਤੇ ਮੈਂ ਕਿਹਾ ਬੀਬੀ ਬਸ ਮਤਲਬ ਪਤਾ ਲੱਗ ਗਿਆ ਸਾਨੂੰ, ਫਿਰ ਡੈਡੀ ਨੇ ਵੀ ਦੇਖਿਆ ਹਲਾ ਹਲੂ ਕੇ, ਅਤੇ ਹਾਰਟ ਦੇ ਮਰੀਜ਼ ਸੀਗੇ, ਮੈਂ ਚੈਸਟ ਵੀ ਕਾਫੀ ਪੰਪ ਕੀਤਾ ਪਰ ਕੋਈ ਮਤਲਬ ਕੋਈ ਰਿਸਪੋਂਸ ਨਹੀਂ, ਕੋਈ ਨਹੀਂ। ਅਤੇ ਇੱਕ ਵਾਰੀ ਹੈਰਾਨੀ ਜੀ ਹੋਈ ਵੀ ਇੱਦਾਂ, ਪਹਿਲੀ ਵਾਰੀ ਰਿਪੋਰਟ ਵੀ ਕਰਾਈ, ਰਿਪੋਰਟ ਵੀ ਸਹੀ ਆਈ ਸੀ, ਕੋਲੈਸਟ੍ਰੋਲ ਸਾਰਾ ਨੋਰਮਲ, ਸਭ ਕੁਝ ਨੋਰਮਲ। ਬਾਕੀ ਏਅਰਪੋਰਟ 'ਚ ਆਪਾਂ ਕਹਿ ਨਹੀਂ ਸਕਦੇ, ਪਤਾ ਨਹੀਂ ਲੱਗਣਾ, ਕਿਉਂਕਿ ਏਅਰਪੋਰਟ ਵਿੱਚ ਵਾਈਟ ਬਲੱਡ ਸੈੱਲ ਅਤੇ ਰੈੱਡ ਬਲੱਡ ਸੈੱਲ, ਹਾਂ ਇਨਫੈਕਸ਼ਨ ਹੀ ਮੇਨ ਗੱਲ, ਇਨਫੈਕਸ਼ਨ ਹੀ ਆਈ ਸੀ। ਬਾਕੀ ਮੈਂ ਮੇਰਾ ਜੋ ਕਹਿਣਾ, ਮੇਰੇ ਹਿਸਾਬ ਨਾਲ ਹਾਰਟ ਪ੍ਰੋਬਲਮ ਤਾਂ ਹੈ ਹੀ ਸੀ, ਅਤੇ ਉਹ ਸ਼ੁਰੂ ਤੋਂ ਹੀ ਸੀਗੀ ਮਤਲਬ। ਅਤੇ ਬਾਕੀ ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ, ਅਤੇ ਬਾਕੀ ਬੀਬੀ ਦਾ ਸੁਭਾਅ ਵਧੀਆ ਸੀਗਾ, ਹੈ ਨਾ, ਹਾਂ ਜੋ ਹੈਗਾ ਸੀ ਨਾ ਮੂੰਹ 'ਤੇ ਹੀ, ਅਤੇ ਜਿਵੇਂ ਮਰਜ਼ੀ ਜਿਵੇਂ ਮੁੱਕਾ ਮਾਰਦੇ ਨਾ ਜਿਹਦੇ ਮਰਜ਼ੀ ਉਵੇਂ ਹੀ, ਮਤਲਬ ਆਹ ਨੈਚੁਰਲੀ ਹੀ ਸੁਭਾਅ, ਡਾਇਰੈਕਟ ਹੀ ਸੀਗਾ ਸੁਭਾਅ, ਇੱਦਾਂ ਦਾ ਸੀ। ਮੈਂ ਤੁਹਾਨੂੰ ਦੱਸਾਂ ਜਿਵੇਂ ਨਾ ਉਹ ਗੁਣ ਜੇ ਹੈਗੇ ਸੀਗੇ, ਜਿਵੇਂ ਦੱਸ ਕਰਨ, ਇੱਕ ਜਿਵੇਂ ਕੋਈ ਆਉਂਦਾ ਹੈ ਘਰੇ, ਲਾਲਾ ਬੀਬੀ ਸੁੱਤੀ ਪਈ ਨਹੀਂ ਬੁਲਾਇਆ, ਇਹਨੇ ਆ ਉੱਠ ਕੇ ਆਪ ਬੀਬੀ ਗੁਣ ਉਹਦੇ 'ਚ ਬੜਾ ਹੀ ਨਿਮਰਤਾ ਬਹੁਤ ਸੀ, ਅਤੇ ਇੱਕ ਘੱਟ ਬੋਲਦੀ ਹੁੰਦੀ ਸੀ ਬੀਬੀ ਨਾ, ਉੱਠ ਕੇ ਆਪੇ ਜਾਂਦੀ ਹੁੰਦੀ ਸੀ। ਤੁਸੀਂ ਨਾ ਪਿਛਲੇ ਬਲੋਗ 'ਚ ਵੇਖਿਆ ਹੋਣਾ, ਰੱਜੀ ਹੋਣੀ ਗਈਆਂ ਹੋਈਆਂ ਸੀਗੀਆਂ ਰਾਜਸਥਾਨ ਵੱਲ, ਬੀਬੀ ਆਪੇ ਉੱਠ ਕੇ ਆਈ, ਰੱਜੀ ਨੂੰ ਬੁਲਾਇਆ ਸੀਗਾ, ਹਰ ਕਿਸੇ ਨੂੰ ਇੱਦਾਂ ਕਰਦੀ ਆ, ਆਪ ਉੱਠ ਕੇ ਆਈ ਬੀਬੀ ਪਈ, ਰੱਜੀ ਨੇ, ਰੱਜੀ ਹੋਣਾ ਮੰਮੀ ਨੇ ਤਾਂ ਨਹੀਂ ਬੁਲਾਇਆ ਵੀ ਸੁੱਤੀ ਹੋਈ ਆ, ਹਜੇ ਰਹਿਣ ਦੀਏ ਨਾ ਜਗਾਈਏ। ਅਤੇ ਫਿਰ ਬੀਬੀ ਜੋ ਉੱਠ ਪਈ, ਉਹ ਕਹਿੰਦੀ ਅੱਛਾ ਆ ਗਿਆ, ਖੁਸ਼ ਹੋ ਗਈ, ਤਾਂ ਆਪੇ ਉੱਠ ਕੇ ਆਈ ਸੀ ਬਲੋਗ 'ਚ। ਗੈਸ ਬੀਬੀ ਮਿਲਣਾ ਹੀ ਸਪੈਸ਼ਲ, ਬੀਬੀ ਨੂੰ ਨੀਂਦ ਆਈ ਹੋਈ, ਉਠਾਇਆ ਹੀ ਨਹੀਂ ਰੱਜੀ ਉਹਨਾਂ ਨੇ, ਫਿਰ ਬਾਅਦ ਚ ਨੀਂਦ ਖੁੱਲੀ, ਪਤਾ ਲੱਗਾ ਵੀ ਆ ਗਏ ਆਪੇ ਮਿਲਣ ਆਈ। ਫਿਰ ਉਹਦੇ 'ਚ ਇੱਕ ਇਹ ਨਿਮਰਤਾ ਬਹੁਤ ਸੀਗੀ ਕਿ ਮੈਂ ਇੱਦਾਂ ਮੈਲ ਨਹੀਂ ਦਿਲ ਦੇ ਵਿੱਚ ਹੁੰਦਾ, ਕਿ ਹੁੰਦਾ ਨਾ ਕਿ ਮੂੰਹ ਤੋਂ ਹੋਰ ਤਾਂ ਅੰਦਰ ਆਪਣੇ ਹੋਰ ਚੱਲੀ ਜਾਣਾ, ਇੱਦਾਂ ਨਹੀਂ ਇੱਕ ਹੀ ਸੀ, ਫਿਰ ਘੱਟ ਬੋਲਦੇ ਹੁੰਦੇ ਸੀ ਅਤੇ ਬਾਕੀ ਮਿੱਠਾ ਬੋਲਣਾ, ਹੈ ਨਾ, ਜਿਵੇਂ ਕਿਸੇ ਨੂੰ ਕਹਿਣਾ ਉਹ ਮੋਰ ਆ, ਉਹ ਤੋਤਾ ਵਾ, ਉਹ ਮੇਰਾ ਪੁੱਤ ਰਾਜਾ, ਧਿਆਨ ਦੇ ਬਾਰੇ ਕਰ ਦਿੰਦੇ ਨਾ, ਉਹਨੇ ਆਉਣਾ ਮਜ਼ਾਕ ਵਾਧੂ ਕਰ ਦੇਣਾ, ਇਹ ਕਹਿੰਦੇ ਉਹ ਮੋਰ ਆ, ਮੋਰ ਉਹ ਮੋਰ ਆ, ਉਹ ਤੋਤਾ ਵਾ, ਵਾ ਇਦਾਂ ਹੀ, ਮਤਲਬ ਐ ਹੱਸਦੀ ਰਹਿਣਾ। ਅਤੇ ਨਾਮ ਜਪ ਜ਼ਿਆਦਾ ਕਰਦੇ ਰਹੇ ਸੀ ਜਦੋਂ ਨਾ ਅਸੀਂ ਲੈ ਕੇ ਵੀ ਜਾਂਦੇ ਸੀ ਨਾ, ਜਦੋਂ ਕਿਤੇ ਵੀ ਡਾਕਟਰ ਕੋਲ, ਬਾਬਾ ਨਾਨਕ ਬਾਬਾ ਨਾਨਕ, ਤੁਹਾਨੂੰ ਵੀ ਪਤਾ ਹੀ ਸਭ ਨੂੰ ਬਾਬਾ ਨਾਨਕ ਬਾਬਾ ਨਾਨਕ, ਅਤੇ ਵਧੀਆ ਵਾ ਮਤਲਬ ਸਰੀਰ ਵੀ ਬੜੇ ਵਧੀਆ ਛੱਡ ਗਿਆ, ਮਤਲਬ ਬੀਬੀ ਨੂੰ ਕਹਿਣਾ ਨਾ ਵੀ ਠੀਕ ਇਸ ਕਰ, ਮੈਂ ਕਿਹਾ ਅੰਮ੍ਰਿਤ ਵੇਲੇ ਦਾ ਟਾਈਮ ਸੀ ਨਾ, ਅੰਮ੍ਰਿਤ ਵੇਲੇ ਦਾ ਟਾਈਮ ਸੀ, ਸਰੀਰ ਛੱਡ ਕੇ ਗਿਆ, ਤਾਂ ਨਾਮ ਜਪ ਕੋਈ ਦਰਦ ਨਹੀਂ ਹੋਈ, ਮਤਲਬ ਨੋਰਮਲ, ਕੋਈ ਦਰਦ ਨਹੀਂ ਹੋਈ ਐ, ਨੇ ਕਈ ਜਗ੍ਹਾ ਕਿ ਬਹੁਤ ਕਸ਼ਟ ਸਿਆ, ਬਿਲਕੁਲ ਨਹੀਂ, ਉਹ ਸੁੱਤੇ ਸੁੱਤੇ ਪੈ ਗਏ, ਦੇਖੋ ਮੈਂ ਨਾਲ ਪਿਆ ਨਾ, ਮੈਨੂੰ ਨਹੀਂ ਆਵਾਜ਼ ਮਾਰੀ, ਮਤਲਬ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਾ ਕਿ ਮੈਂ ਸਰੀਰ ਛੱਡਤਾ, ਸੁੱਤੇ ਸੁੱਤੇ ਪਏ, ਹੈ ਨਾ। ਅਤੇ ਬਾਕੀ ਜਿੱਦਾਂ ਕਿ ਮੈਂ ਪਹਿਲੀ ਵਾਰੀ ਗਿਆ ਸੀ, ਇੱਕ ਦਾਦੀ ਜੀ ਦੀ ਡੈਥ 'ਤੇ ਗਿਆ ਸੀ, ਇੱਕ ਨਾਨੀ ਜੀ ਦੇ,
ਦਾਦੀ ਦੇ ਸੀ ਨਾ ਜਦੋਂ ਉਦੋਂ ਨਿਆਣੇ ਸੀ ਕੋਈ ਪਤਾ ਨਹੀਂ ਲੱਗਾ, ਹੁਣ ਬਹੁਤ ਕੁਝ ਪਤਾ ਲੱਗਾ, ਜਿਹੜੀਆਂ ਚੀਜ਼ਾਂ ਦੇ ਬਾਰੇ ਗਿਆਨ ਨਹੀਂ ਉਹ ਵੀ ਮੈਨੂੰ ਪਤਾ ਲੱਗਾ, ਉਹ ਫਿਰ ਮੈਂ ਕਿਸੇ ਦਿਨ ਤੁਹਾਡੇ ਨਾਲ ਸਾਂਝਾ ਕਰੂੰਗਾ, ਠੀਕ ਹੈ। ਅਤੇ ਅੱਜ ਅਸੀਂ ਆਏ ਸੀਗੇ ਉੱਪਰ ਹੀ ਆ ਗਏ ਕਿਉਂਕਿ ਟਾਈਮ ਨਹੀਂ ਲੱਗਦਾ ਪਿਆ ਸੀ, ਅਸੀਂ ਕਿਹਾ ਚਲੋ ਸਾਨੂੰ ਨਾ ਫੋਨ ਵੀ ਆਉਂਦੇ ਪਏ ਸੀਗੇ, ਬੜਿਆਂ ਦੇ ਫੋਨ ਆਏ, ਡੈਡੀ ਕਹਿੰਦਾ ਮਤਲਬ ਫੋਨ ਵੀ ਆਉਂਦੇ ਪਿਆ, ਮਤਲਬ ਲੋ ਵਿੱਚ ਇੰਸਟਾਗ੍ਰਾਮ 'ਤੇ ਮੈਸੇਜ ਆਏ ਸੀ ਕੁਛ, ਅਤੇ ਇੱਕ ਨੰਬਰ ਨਹੀਂ ਦਿੱਤਾ ਹੋਇਆ ਡੈਡੀ ਦਾ, ਉਹ ਪਨੀਰੀ ਵਾਲਾ ਪੁਰਾਣੇ ਨੰਬਰ 'ਤੇ ਲਾਈ ਜਾਂਦੇ ਆ ਸਾਰੇ ਕਿ ਆਉਂਦੇ ਨਹੀਂ ਪਏ, ਵਲੌਗ ਨਹੀਂ ਪਾਉਂਦੇ ਪਏ, ਇੱਦਾਂ ਇੱਦਾਂ ਮੈਸੇਜ ਵੀ ਆਏ, ਬੜੇ ਮੈਸੇਜ ਆਈ ਜਾਂਦੇ ਆ ਇੰਸਟਾਗ੍ਰਾਮ 'ਤੇ, ਬੜੇ ਮੈਸੇਜ ਆਏ, ਤਾਂ ਕਰਕੇ ਫਿਰ ਮੈਂ ਕਿਹਾ ਚਲੋ ਤੁਹਾਨੂੰ ਤਾਂ ਕਲੀਅਰ ਕਰ ਫਰਜ਼ ਬਣਦਾ ਹੀ ਆ। ਹੁਣ ਸਹਿਜ ਪਾਠ ਰਖਾਇਆ ਹੋਇਆ 7 ਦਿਨਾਂ ਦਾ, ਅਤੇ ਬਾਕੀ ਅਸੀਂ ਹੁਣ ਸਪੈਸ਼ਲ ਆਏ ਉੱਪਰ ਟਾਈਮ ਕੱਢ ਕੇ ਕਿਉਂਕਿ ਕੋਈ ਨਹੀਂ ਆਇਆ ਹੋਇਆ ਸੀ, ਕਿਉਂਕਿ ਚਾਹ ਪਾਣੀ ਫੜਾਈ ਦਾ ਹੈ ਨਾ, ਕੋਈ ਆਵੇ ਅਤੇ ਮੱਲਾਂ 'ਲੇ ਜਾਣਾ ਪੈਂਦਾ, ਸਮਾਨ ਸੇਵਾ 'ਚ ਹੀ ਰਹੀਦਾ ਪੂਰਾ ਦਿਨ। ਟਾਈਮ ਹੁਣ ਸਵੇਰੇ ਸਵੇਰੇ ਅਸੀਂ ਉੱਪਰ ਆ ਗਏ ਹਾਂ, ਅਸੀਂ ਕਿਹਾ ਚਲੋ ਤੁਹਾਨੂੰ ਵੀ ਦੱਸ ਦਈਏ, ਅਤੇ ਟਾਈਮ ਲੱਗਾ ਤਾਂ ਆਪਾਂ ਜੇ ਇਹ ਹੋ ਗਿਆ ਤਾਂ ਅਪਲੋਡ ਕਰ ਦਾਂਗੇ, ਤੁਹਾਨੂੰ ਵੀ ਪਤਾ ਲੱਗ ਜੂਗਾ। ਅਤੇ ਬਾਕੀ ਨਾ ਹਜੇ ਹੈ ਨਾ ਕਿਉਂਕਿ ਲੋਕ ਘਰ ਆਉਂਦੇ ਆ, ਇਹ ਪਤਾ ਆ ਨਹੀਂ ਪੂਰਾ ਲੱਗਦਾ ਪਿਆ, ਐਂ ਲੱਗਦਾ ਪਿਆ ਬੀਬੀ ਬਾਹਰ ਬੈਠੀ ਹੋਣੀ ਆ, ਭੁਲੇਖਾ ਬੜੀ, ਜਿਵੇਂ ਰਾਤ ਨੂੰ ਮੈਂ ਏ ਸੀ ਵਾਲੇ ਅੰਦਰ ਬੈਠੀ ਹੈ ਨਾ, ਜਿਵੇਂ ਸੌਣ ਲੱਗੀ, ਐਂ ਲੱਗਦਾ ਬੀਬੀ ਤਾਂ ਬਾਹਰ ਹੀ ਰਹਿ ਗਈ, ਐਂ ਯਾਦ ਹੋਣਾ ਨਾ ਬੀਬੀ ਤਾਂ ਬਾਹਰ ਬੈਠੀ ਹੋਣੀ ਆ, ਉਹਨੂੰ ਵੀ ਅੰਦਰ ਲੈ ਆਈਏ ਇੱਦਾਂ, ਕਿਉਂਕਿ ਅਸੀਂ ਅੰਦਰ ਲਿਆਈਦਾ ਹੁੰਦਾ ਸੀ, ਮੇਰੇ ਨਾਲ ਹੀ ਸਭ ਮੇਰੇ ਨਾਲ ਹੀ ਪੈਂਦੀ ਹੁੰਦੀ, ਮਤਲਬ ਬੈੱਡ ਦੇ ਉੱਪਰ ਨਾਲ ਹੀ ਬੈੱਡ ਦੇ, ਅਸੀਂ ਏ ਸੀ ਵਾਲੇ ਕਮਰੇ 'ਚ ਹੀ ਰੱਖੀਦਾ ਸੀ, ਮਤਲਬ ਵੀ ਕੋਈ ਬੀਬੀ ਨੂੰ ਗਰਮੀ ਗੁਰਮੀ ਨਾ ਲੱਗੇ, ਅਤੇ ਉੱਦਣ ਏ ਸੀ ਵੀ ਨੋਰਮਲ ਸੀ ਨਾ 30 'ਤੇ 28 'ਤੇ ਸੀਗਾ, 28 'ਤੇ, ਮਤਲਬ ਬੀਬੀ ਨੂੰ ਤਰੇਲੀਆਂ ਵੀ ਆਉਂਦੀਆਂ ਹੁੰਦੀਆਂ ਸੀਗੀਆਂ, ਤੋ ਮਤਲਬ ਕਾਰਨ ਹਾਰਟ ਦਾ ਸੀਗਾ ਤਾਂ ਕਰਕੇ ਤਰੇਲੀਆਂ ਆਉਂਦੀਆਂ ਸੀਗੀਆਂ, ਉਹ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੈ ਨਾ। ਚਲੋ ਬਸ ਤੁਹਾਨੂੰ ਇਹ ਹੀ ਦੱਸਣਾ ਸੀ, ਅਤੇ ਠੀਕ ਆ, ਅਤੇ ਹੁਣ ਆਪਾਂ ਚੱਲੀਏ ਥੱਲੇ, ਥੋੜ੍ਹਾ ਟਾਈਮ ਰਹਿ ਗਿਆ ਬਾਈ, ਬਾਕੀ ਹੁਣ ਫੋਟੋ ਸ਼ੂਟ ਹੀ ਹੁੰਦਾ ਪਿਆ ਵਾ, ਅਤੇ ਸਾਰਿਆਂ ਦੀ ਆਪਾਂ ਫੋਟੋ ਖਿੱਚਣੀ ਆ, ਅਤੇ ਲਾਸਟ ਇੱਦਾਂ ਹੀ ਫੋਟੋ ਖਿੱਚੋ। ਸਾਰੇ ਕਟਵਾ ਕੇ ਅੱਗੋ ਅੱਗੋ ਕਟਵਾ ਤੇ ਬੀਬੀ ਅੱਗੋ, ਗਲਤ ਕੀਤਾ ਇਹਨੇ ਸਾਰੇ ਕਟਵਾ ਲਏ, ਕੰਮ ਬੀਬੀ ਸਹੀ ਤੇ ਨਾ ਕੀਤਾ, ਮੈਂ ਗਾ ਰਹੀ ਬੋਲ ਪਟਾ।